ਵਾਲੇਕੁਮ ਸਲਾਮ ਭਾਈ, ਅਲਹਮਦੁਲਿਲਾ ਜੀ, ਠੀਕ ਠਾਕ ਬਈ। ਕਿਹੜੀ ਗੱਲਾਂ ਮੰਡੀ ਹੈ ਇਹ? ਮੀਆਂ ਚੰਨੂ ਗੱਲਾਂ ਮੰਡੀ ਦੇ ਵਿੱਚ ਅਸੀਂ ਇਸ ਵਕਤ ਖੜੇ ਹਾਂ ਬਈ। ਮਤਲਬ ਬੜੀ ਰੌਣਕ ਲਾਈ ਹੋਈ ਪਿੱਛੇ। ਆ ਜੀ, ਘਰਾਂ ਵਾਲੇ ਆ, ਉਹ ਲੈਂਦੇ ਪਏ ਕਣਕ, ਪਰਚੀਆਂ ਲੈ ਕੇ ਖੜੇ ਹੋਏ ਆ। ਅੱਛਾ, ਆ ਢੇਰੀ ਮਾਸ਼ਾਅੱਲਾ ਚੰਗੀ ਆ ਗਈ ਆ, ਅਤੇ ਨਾਲੇ ਰੇਟ ਕੁਛ ਵਾ ਕਹਿੰਦੇ ਵਧੀ ਜਾਂਦਾ ਆ, ਉਹਦੀ ਵਜ੍ਹਾ ਤੋਂ ਰਸ਼ ਪਿਆ ਹੋਇਆ ਗਾ। ਪਰਚੀਆਂ ਮਤਲਬ ਕਿ ਅੰਦਰੋਂ ਪੈਸੇ ਦੇ ਕੇ ਪਰਚੀਆਂ ਬਣਵਾ ਲਿਆਏ, ਜਿਹਨੇ 10 ਮਨ ਲੈਣੀ, 5 ਮਨ ਲੈਣੀ, 10-20 ਮਨ ਲੈਣੀ, ਅਤੇ ਉਹ ਇੱਥੇ ਪਰਚੀ ਵਿਖਾ ਕੇ ਤੋਲਣ ਵਾਲੇ ਨੂੰ, ਅਤੇ ਟਿਕਟਾਂ 'ਤੇ ਅੱਜ ਵਿਕਦੀ ਪਈ ਇਹ ਗੱਲ। ਹਾਂ, ਕਣਕ ਮਾਸ਼ਾਅੱਲਾ ਚੰਗੀ ਸਾਫ਼ ਸੁਥਰੀ ਆ, ਆਹ ਚੈੱਕ ਕਰੋ, ਨਾਲ ਵਿੱਚ ਮਿੱਟੀ ਦਾ ਲੈਣਾ ਵਾ, ਆਹ ਮਾੜੀ ਮੋਟੀ ਤੂੜੀ ਛੂੜੀ ਆ ਬਸ, ਐਵੇਂ ਉਹ ਵੀ ਕਿਤੇ ਕਿਤੇ, ਅਤੇ ਬਿਲਕੁਲ ਸਾਫ਼ ਸੁਥਰੀ ਆ। ਜਿੰਨੀ ਵੀ ਮੰਡੀ 'ਚ ਆ ਰਹੀ ਆ ਸਾਰੀ ਐਵੇਂ ਦੀ ਆ ਰਹੀ ਆ ਜਾਂ? ਨਹੀਂ ਨਹੀਂ, ਗਿੱਲੀ ਵੀ ਆ ਰਹੀ ਆ, ਗਿੱਲੀ ਵੀ। ਹਾਂ, ਰੇਟ ਉਹਨਾਂ ਦਾ ਘੱਟ ਵੀ ਹੈ, ਜਿਹੜੀ ਚੰਗੀ ਢੇਰੀ ਹੈ ਨਾ, ਰਸ਼ ਵੀ ਤੁਹਾਨੂੰ ਉੱਥੇ ਮਿਲੂਗਾ। ਕਿੰਨਾ ਕੁ ਵੈਸੇ ਕਿੰਨੀ ਕੁ ਮਿਠਾਈ ਹੋਏਗੀ ਮੰਡੀ 'ਚ? ਕਣਕ ਤਾਂ ਮਾਸ਼ਾਅੱਲਾ ਅਰਾਈਵਲ ਤਾਂ ਕਾਫੀ ਜ਼ਿਆਦਾ ਵਾ। ਹਾਂ, ਬਾਕੀ ਅੱਜ ਅੱਗੇ ਦੀ ਨਿਸਬਤ ਅੱਜ ਘੱਟ ਆ, ਕਿਉਂਕਿ ਕਿਸਾਨ ਇਹਤਜਾਜ 'ਤੇ ਗਏ ਹੋਏ ਆ, ਉਧਰੋਂ ਬਾਰਦਾਨਾ ਮਿਲ ਗਿਆ, ਅੱਜ ਖਰੀਦਦਾਰੀ ਵੀ ਸ਼ੁਰੂ ਹੋ ਜਾਣੀ ਹੈ, ਅਤੇ ਅੱਜ ਕੱਟਾ ਕੱਟੀ ਨਿਕਲ ਜਾਏਗਾ ਸ਼ਾਮ ਤੱਕ ਕੀ ਰੇਟ ਦਾ। ਵੈਸੇ ਮੌਸਮ ਕਿਵੇਂ ਦਾ? ਮੌਸਮ ਮਾਸ਼ਾਅੱਲਾ ਕਦੀ ਬੱਦਲ ਹੋ ਜਾਂਦੇ ਅਤੇ ਕਦੀ ਧੁੱਪ ਨਿਕਲ ਜਾਂਦੀ ਹੈ, ਯਾਨੀ ਕਿ ਸਹੀ ਆ। ਹਾਂ, ਅਤੇ ਵੈਸੇ ਰੇਟ ਸ਼ੇਟ ਕੀ ਚੱਲ ਰਿਹਾ? ਰੇਟ 3500 ਨੂੰ ਵਿਕਦੀ ਪਈ ਅੱਜ। ਆਹ ਵਾਲੀ 3500 ਨੂੰ? ਹਾਂ, ਅਤੇ ਵੈਸੇ ਜਿਹੜਾ ਉਹ ਆਰਤੀ ਕੀ ਲੈ ਰਹੇ? ਹਾਂਜੀ, ਆਰਤੀ ਕਿੰਨੀ? ਤਕਰੀਬਨ ਆਹੀ ਰੇਟ ਚੱਲਦਾ ਪਿਆ, 3000 ਤੋਂ ਲੱਗ ਕੇ 3400 ਤੱਕ, 3300 ਤੱਕ। ਵੇਖੋ ਜੀ, ਅੱਜ ਸ਼ਾਮ ਨੂੰ ਪਤਾ ਲੱਗੇਗਾ ਇਨਸ਼ਾਅੱਲਾ। ਬਾਕੀ ਪਰਸੋਂ ਦੀ ਨਿਸਬਤ ਐਤਵਾਰ ਵਾਲੇ ਦਿਨ ਤਾਂ ਕਿਹਾ ਨਹੀਂ ਜਾ ਸਕਦਾ, ਹੁੰਦਾ ਐਤਵਾਰ, ਅਤੇ ਪਿੱਛੇ ਦੀ ਨਿਸਬਤ ਅੱਜ ਰੇਟ ਦੇ ਵਿੱਚ ਕੁਛ ਬਿਹਤਰੀ ਨਜ਼ਰ ਆ ਰਹੀ ਹੈ, ਵੱਧ ਗਿਆ ਰੇਟ। ਹਾਂ, ਉਮੀਦ ਤਾਂ ਬੜੀ ਆ।